ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ। ਅਤੇ ਮੈਂ ਪ੍ਰਗਟ ਸਿੰਘ ਜੀ। ਅੱਜ ਆਪਾਂ ਸਾਰੇ ਭਰਮੇ ਡਿਮਾਂਡ 'ਤੇ ਲੈ ਕੇ ਆ ਚੁੱਕੇ ਹਾਂ ਜੀ ਇੱਕ i10 ਗ੍ਰੈਂਡ, ਜਿਹਦਾ ਮਾਡਲ ਹੈ ਨਾਲ 2014, ਅਤੇ ਸਭ ਤੋਂ ਵੱਡੀ ਗੱਲ ਇਹ ਹੈਗਾ ਸਪੋਰਟਸ ਵਰਜ਼ਨ। ਤੁਹਾਡੇ ਸਾਨੂੰ ਬਹੁਤ ਮੈਸੇਜ ਆ ਰਹੇ ਸੀ ਵੀ i10 ਦਵਾ ਦਿਉ, ਉਹ ਵੀ ਸਪੋਰਟਸ ਵਰਜ਼ਨ, ਤਾਂ ਫਾਈਨਲੀ ਆਪਾਂ ਗੱਡੀ ਲੈ ਕੇ ਆ ਚੁੱਕੇ ਤੁਹਾਡੇ ਲਈ। ਬਿਨਾਂ ਟਾਈਮ ਖਰਾਬ ਕੀਤੇ ਵੀਡੀਓ ਸ਼ੁਰੂ ਕਰਦੇ ਹਾਂ। ਤੁਹਾਨੂੰ ਅਸੀਂ ਵੀਡੀਓ 'ਚ ਸਾਰਾ ਕੁਝ ਦਿਖਾਵਾਂਗੇ ਸੀ, ਇੰਟੀਰੀਅਰ ਐਕਸਟੀਰੀਅਰ, ਡਿੱਕੀ ਹੋ ਗਿਆ, ਇਹਦਾ ਬੋਨਟ ਹੋ ਗਿਆ, ਤੁਹਾਨੂੰ ਹਰ ਸਾਰੀ ਫੀਚਰ ਚੈੱਕ ਕਰਾਵਾਂਗੇ ਗੱਡੀ ਦੀ। ਜੇ 'ਚ ਕੋਈ ਕਮੀ ਹੈ ਜਾਂ ਮਾੜੀ ਮੋਟੀ ਕੋਈ ਰਹਿੰਦ ਖੂੰਹਦ ਤੁਹਾਨੂੰ ਸਾਰਾ ਉਹ ਵੀ ਦੱਸਾਂਗੇ। ਤਾਂ ਬਿਨਾਂ ਟਾਈਮ ਖਰਾਬ ਕੀਤੇ ਆਪਾਂ ਵੀਡੀਓ ਕਰਦੇ ਸ਼ੁਰੂ। ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਨੇ ਹਨਾ ਚੈਨਲ 'ਤੇ, ਸਾਨੂੰ ਕਰ ਲਓ ਸਬਸਕ੍ਰਾਈਬ, ਬਾਕੀ ਲਾਈਕ ਕਮੈਂਟ ਤੁਸੀਂ ਆਪੇ ਕਰ ਦੋਗੇ ਵੀਡੀਓ ਦੇਖਣ ਤੋਂ ਬਾਅਦ। ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਐਕਸਟੀਰੀਅਰ ਦੀ ਜੀ। ਤੁਸੀਂ ਗੱਡੀ ਚੈੱਕ ਕਰ ਸਕਦੇ ਹੋ, ਚਾਰੇ ਸਾਈਡਾਂ ਤੋਂ ਬਹੁਤ ਜ਼ਿਆਦਾ ਸਾਫ਼ ਪਈ ਹੈ ਅਤੇ ਵਾਈਟ ਕਲਰ ਹੈ ਕਾਰ ਦਾ। ਕਾਰ ਦੇ ਟਾਇਰ ਵਗੈਰਾ ਵੀ ਬਿਲਕੁਲ ਵਧੀਆ ਪਏ ਨੇ, ਕ੍ਰੋਮ ਦੇ ਹੈਂਡਲ ਵਗੈਰਾ ਪਾਏ ਹੋਏ ਨੇ। ਮੇਨ ਗੱਲ ਕਾਰ ਦੇ ਵਿੱਚ ਸੈਂਸਰ ਵੀ ਜਿਹੜੇ ਲੱਗੇ ਹੋਏ ਨੇ, ਅਤੇ ਪੁਸ਼ ਬਟਨ ਵਾਲੀ ਇਹ ਕਾਰ ਹੈ ਜੀ। ਚਾਰੇ ਸਾਈਡਾਂ ਨੂੰ ਚੈੱਕ ਕਰਵਾਵਾਂਗੇ। ਬਾਕੀ ਤੁਸੀਂ ਰੀਅਰ ਵਾਲੀ ਸਾਈਡ ਤੋਂ ਵੀ ਦੇਖ ਸਕਦੇ ਹੋ, ਜਿਹੜੇ ਕਿ ਸਪੋਰਟਸ ਮਾਡਲ ਹੈ ਇਹ i10 ਗ੍ਰੈਂਡ CRDi, ਅਤੇ ਜਿਹਦਾ ਕਿ ਨੰਬਰ ਹੈਗਾ ਜੀ HR 51, ਜਾਣੀ ਕਿ ਫਰੀਦਾਬਾਦ ਦਾ ਨੰਬਰ ਹੈ ਗੱਡੀ ਦਾ। ਹਾਂਜੀ, ਤੁਸੀਂ ਗੱਡੀ ਦੀ ਬੈਕ ਸਾਈਡ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ। ਗੱਡੀ ਜਿਹੜੀ ਬਹੁਤ ਸਾਫ਼ ਪਈ ਹੈ, ਸਪੋਰਟਸ ਵੇਰੀਐਂਟ ਹੈਗਾ ਇਹ, ਅਤੇ CRDi ਮਤਲਬ ਕਿ ਡੀਜ਼ਲ ਇੰਜਨ ਹੈ ਗੱਡੀ ਦਾ। ਬਾਕੀ ਬੈਕ ਸਾਈਡ ਦੀ ਕੰਡੀਸ਼ਨ ਤੁਹਾਨੂੰ ਸਾਰੀ ਚੈੱਕ ਕਰਵਾ ਰਹੇ ਹਾਂ। ਨੰਬਰ ਰਹਿਣ ਵਾਲਾ HR 51, ਜਾਣੀ ਕਿ ਹਰਿਆਣੇ ਦਾ ਨੰਬਰ ਹੈ। HR 51 ਜਾਣੀ ਕਿ ਫਰੀਦਾਬਾਦ ਦਾ ਨੰਬਰ ਹੈ ਜੀ ਗੱਡੀ ਦਾ। ਅਤੇ ਗ੍ਰੈਂਡ ਜਿਹੜੀ i10 ਬਹੁਤ ਸਾਫ਼ ਕੰਡੀਸ਼ਨ ਦੀ ਕਾਰ ਆਪਣੇ ਕੋਲ ਪਹੁੰਚ ਚੁੱਕੀ ਆ। ਹਾਂਜੀ, ਜੇ ਤੁਸੀਂ FM ਵਗੈਰਾ ਸੁਣਨ ਦੇ ਸ਼ੌਕੀਨ ਹੈਗੇ ਹੋ ਤਾਂ ਤੁਹਾਨੂੰ ਦੱਸ ਦਈਏ ਗੱਡੀ 'ਚ FM ਐਂਟੀਨਾ ਵੀ ਲੱਗਿਆ ਹੋਇਆ। ਜੇ ਤੁਸੀਂ ਮੰਨ ਲਓ ਕਿਤੇ ਦੂਰ ਜਾ ਰਹੇ ਹੋ ਜਿੱਥੇ ਕੋਈ ਨੈਟਵਰਕ ਦੀ ਦਿੱਕਤ ਆਉਂਦੀ, ਤਾਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਐਂਟੀਨਾ ਦੇ ਕਰਕੇ। ਹਰ ਜਗ੍ਹਾ ਤੁਹਾਨੂੰ FM ਦਾ ਸਟੇਸ਼ਨ ਪ੍ਰੋਪਰਲੀ ਮਿਲੂਗਾ, ਨੈਟਵਰਕ ਤੁਹਾਨੂੰ ਪ੍ਰੋਪਰਲੀ ਮਿਲੂਗਾ। ਹਾਂਜੀ, ਹੁਣ ਆਪਾਂ ਗੱਲ ਕਰਦੇ ਗੱਡੀ ਦੀ ਲੈਫਟ ਸਾਈਡ ਦੀ। ਗੱਡੀ ਲੈਫਟ ਸਾਈਡ ਦੀ ਕੰਡੀਸ਼ਨ ਬਹੁਤ ਸਾਫ਼ ਪਈ ਹੈ, ਕ੍ਰੋਮ ਫਿਨਿਸ਼ ਵਾਲੇ ਹੈਂਡਲਸ ਲੱਗੇ ਹੋਏ ਨੇ ਗੱਡੀ ਦੇ, ਬਕਾਇਦਾ ਵੀਲ ਕਵਰ ਪਏ ਨੇ, ਅਤੇ ਉਹ ਫਿਊਲ ਟੈਂਕ ਹੈ ਗੱਡੀ, ਉਹਦੀ ਜੋ ਕਪੈਸਿਟੀ ਰਹਿਣ ਵਾਲੀ ਇਹ ਹੈ 35 ਲੀਟਰ, ਜੋ ਦੀ ਐਵਰੇਜ ਕੰਪਨੀ ਕਲੇਮ ਕਰਦੀ ਹੈ 24 ਦੀ ਕੰਪਨੀ ਕਲੇਮ ਕਰਦੀ ਹੈ, ਬਟ ਆਪਾਂ ਟੈਸਟਿੰਗ ਕੀਤੀ ਸੀ 22 ਦੀ ਐਵਰੇਜ ਬਹੁਤ ਵਧੀਆ ਆਪਾਂ ਨੂੰ ਔਨ ਰੋਡ ਇਹਨੇ ਦਿੱਤੀ ਹੋਈ ਹੈ। ਬਾਕੀ ਇਸ ਸਾਈਡ ਦੇ ਵੀ ਤੁਸੀਂ ਸੈਂਸਰ ਚੈੱਕ ਕਰ ਸਕਦੇ ਹੋ, ਕ੍ਰੋਮ ਵਾਲੇ ਹੈਂਡਲ 'ਤੇ ਇੱਕ ਸੈਂਸਰ ਲੱਗਿਆ ਹੋਇਆ, ਜਦੋਂ ਆਪਾਂ ਨੂੰ ਪ੍ਰੈਸ ਕਰਾਂਗੇ ਕਾਰ ਲੌਕ ਹੋ ਜਾਣੀ ਹੈ, ਜਦੋਂ ਆਪਾਂ ਇਹਨੂੰ ਪ੍ਰੈਸ ਇੱਕ ਵਾਰੀ ਫਿਰ ਤੋਂ ਕਰਾਂਗੇ ਕਾਰ ਅਨਲੌਕ ਹੋ ਜਾਣੀ ਹੈ। ਨਾਲ ਦੀ ਨਾਲ ਤੁਸੀਂ ਇਹਦੇ ਜਿਹੜੇ ਮਿਰਰ ਵਗੈਰਾ ਵੀ ਚੈੱਕ ਕਰ ਸਕਦੇ ਹੋ, ਆਟੋਮੈਟਿਕ ਨੇ। ਬਾਕੀ ਆਪਾਂ ਗੱਲ ਕਰੀਏ ਤਾਂ ਗੱਡੀ ਜਿਹੜੀ ਫਰੰਟ ਸਾਈਡ ਆ ਬਹੁਤ ਸਾਫ਼ ਪਈ ਹੈ, ਕੰਡੀਸ਼ਨ ਵਗੈਰਾ ਪ੍ਰੋਪਰ, ਬੋਨਟ ਵਗੈਰਾ ਦੀ, ਹੈੱਡਲਾਈਟਸ ਵਗੈਰਾ ਪ੍ਰੋਪਰ ਵਰਕਿੰਗ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਫੋਗ ਲੈਂਪਸ ਹੈਗੇ ਨੇ ਗੱਡੀ ਦੇ ਵਿੱਚ, ਫੀਚਰਸ ਕਾਫੀ ਫੀਚਰਸ ਦਿੱਤੇ ਹੋਏ ਨੇ ਜੋ ਕਿ ਸਪੋਰਟਸ ਵੇਰੀਐਂਟ ਵਿੱਚ ਅਕਸਰ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਨੇ। ਹਾਂਜੀ, ਅਤੇ ਇਹ ਸੀ ਗੱਡੀ ਦਾ ਐਕਸਟੀਰੀਅਰ। ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਇੰਟੀਰੀਅਰ ਦੀ, ਉਹ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੋ ਗੱਡੀ ਦਾ ਰੇਟ ਰਹਿਣ ਵਾਲਾ, ਗੱਡੀ ਦਾ ਰੇਟ ਅੱਜ ਬਹੁਤ ਹੀ ਜਾਇਜ਼ ਰੇਟ ਰਹਿਣ ਵਾਲਾ, ਕਿਉਂਕਿ ਸਪੋਰਟਸ i10 ਗ੍ਰੈਂਡ ਤੁਹਾਡੇ ਲਈ ਜੋ ਅਸੀਂ ਲੈ ਕੇ ਆਏ ਹਾਂ, ਇਹ ਰੇਟਸ ਤੁਹਾਨੂੰ ਸਪੋਰਟਸ ਵਰਜ਼ਨ ਬਹੁਤ ਘੱਟ ਦੇਖਣ ਨੂੰ ਮਿਲਣਗੇ। ਇਹ ਰੇਟਸ ਤੁਹਾਨੂੂੰ ਸਿੰਪਲ i10 ਬੇਸਿਕ ਮਿਲ ਜੂਗੀ, ਪਰ ਤੁਹਾਡੇ ਲਈ ਜੋ ਅਸੀਂ ਲੈ ਕੇ ਆਏ ਹਾਂ ਸਪੋਰਟਸ ਵੇਰੀਐਂਟ ਹੈ। ਚਲੋ ਆਪਾਂ ਹੁਣ ਇੰਟੀਰੀਅਰ ਦੀ ਗੱਲ ਕਰਾਂਗੇ, ਅਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਆਪਾਂ ਰੇਟ ਦੀ ਗੱਲ ਲਾਸਟ 'ਤੇ ਜਾ ਕੇ ਕਰਾਂਗੇ ਵੀਡੀਓ ਦੀ। ਤੁਹਾਨੂੰ ਪਹਿਲਾਂ ਸਾਰੇ ਫੀਚਰ ਦੱਸ ਦਈਏ ਗੱਡੀ ਦੇ ਬਾਰੇ। ਹਾਂਜੀ, ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੱਡੀ ਦਾ ਇੰਟੀਰੀਅਰ। ਇੰਟੀਰੀਅਰ ਗੱਡੀ ਦਾ ਬਹੁਤ ਹੀ ਜ਼ਿਆਦਾ ਸਾਫ਼ ਪਿਆ, ਅਤੇ ਡੈਸ਼ਬੋਰਡ ਵਗੈਰਾ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਪਈ ਹੈ, ਕਿਤੇ ਵੀ ਜਿਹੜੇ ਕਾਰ ਦੇ ਵਿੱਚ ਸਕਰੈਚ ਨਹੀਂ ਹੈਗੇ। ਹਾਂਜੀ, ਅਤੇ ਹੁਣ ਆਪਾਂ ਚੱਲਦੇ ਹਾਂ ਗੱਡੀ ਦੇ ਅੰਦਰ, ਤੁਹਾਨੂੰ ਅੰਦਰੋਂ ਸਾਰੀ ਗੱਡੀ ਚੈੱਕ ਕਰਵਾਉਂਦੇ ਹਾਂ। ਜੋ ਗੱਡੀ ਦੀ ਸਿਟਿੰਗ ਦੀ ਤੁਹਾਨੂੰ ਦਿਖਾ ਰਹੇ ਹਾਂ, ਕੰਫਰਟੇਬਿਲਟੀ ਬਹੁਤ ਜ਼ਿਆਦਾ ਵਧੀਆ ਹੈ। ਦੇਖੋ ਮੈਂ ਬੈਠਾ ਹੋਇਆ, ਬਾਹਾਂ ਬਹੁਤ ਕੰਫਰਟੇਬਲ ਬੈਠਾ ਹੋਇਆ, ਉੱਪਰ ਵੀ ਹੈੱਡ ਸਪੇਸ ਬਹੁਤ ਵਧੀਆ ਪਈ ਹੋਈ ਹੈ। ਹਾਂਜੀ, ਤੁਸੀਂ ਦੇਖ ਰਹੇ ਹੋ ਗੱਡੀ ਦੇ ਅੰਦਰ, ਮੈਂ ਤੁਹਾਨੂੰ ਬੈਠ ਕੇ ਚੈੱਕ ਕਰਵਾ ਰਿਹਾ ਹਾਂ। ਗੱਡੀ ਜੋ ਕੰਫਰਟੇਬਿਲਟੀ ਦੀ ਗੱਲ ਕਰੀਏ, ਬਹੁਤ ਕੰਫਰਟ ਹੈ ਗੱਡੀ, ਬਹੁਤ ਮੇਰੀਆਂ ਲੈਗਸ ਵਿੱਚ ਬਹੁਤ ਸਪੇਸ ਪਈ ਹੈ ਅੱਗੇ, ਉੱਪਰ ਵੀ ਹੈੱਡ ਸਪੇਸ ਕਾਫੀ ਹੈਗਾ ਗਾ, ਅਤੇ ਮਤਲਬ ਗੱਡੀ ਬਹੁਤ ਵਧੀਆ ਕੰਫਰਟੇਬਲ ਹੈ। ਇੱਦਾਂ ਨਹੀਂ ਹੈਗਾ ਵੀ ਤੁਹਾਡੀ ਹਾਈਟ ਵੱਧ ਆ ਤਾਂ ਤੁਸੀਂ ਕੰਫਰਟੇਬਲ ਨਹੀਂ ਹੁੰਦੇ ਗੱਡੀ ਦੇ ਵਿੱਚ, ਇੱਦਾਂ ਦਾ ਕੁਛ ਨਹੀਂ ਹੈਗਾ, ਬਹੁਤ ਕੰਫਰਟੇਬਲ ਇਹ ਗੱਡੀ ਹੈ।
ਬਾਕੀ ਤੁਹਾਨੂੰ ਇਹ ਜਿਹੜੀ ਨੌਲੇਜ ਆ ਸਾਡੇ ਚੈਨਲ 'ਤੇ ਦੇਖਣ ਨੂੰ ਮਿਲੂਗੀ, ਕਿਉਂਕਿ ਅਸੀਂ ਇਕੱਲੀ ਇਕੱਲੀ ਚੀਜ਼ਾਂ ਨਾ ਰੀਅਲ ਲਾਈਫ ਤੁਹਾਨੂੰ ਐਕਸਪੀਰੀਅੰਸ ਕਰਾਉਂਦੇ, ਤੁਹਾਨੂੰ ਸਾਰਾ ਚੀਜ਼ ਅਸੀਂ ਦਿਖਾਉਂਦੇ ਹਾਂ, ਬਹਿ ਕੇ ਹਰ ਚੀਜ਼ ਟੈਸਟ ਕਰਾਉਂਦੇ ਤੁਹਾਨੂੰ ਹਰ ਚੀਜ਼। ਬਾਕੀ ਆਪਾਂ ਗੱਡੀ ਦੀ ਗੱਲ ਕਰਦੇ ਏ ਸੀ ਦੀ, ਗੱਡੀ ਦਾ ਏ ਸੀ ਆ, ਏ ਸੀ ਦੀ ਕੁਆਲਿਟੀ ਬਹੁਤ ਵਧੀਆ, ਬਹੁਤ ਚਿਲਡ ਏ ਸੀ ਆ। ਜੋ ਗੱਡੀ ਦੀ ਤੁਹਾਨੂੰ ਗੱਲ ਕਰੀਏ, ਗੱਡੀ ਕਿੰਨੇ ਕਿਲੋਮੀਟਰ ਚੱਲੀ ਹੋਈ ਆ, ਗੱਡੀ ਚੱਲੀ ਹੋਈ 1,02,000 ਪਲੱਸ ਕਿਲੋਮੀਟਰ। ਬਾਕੀ ਕਾਰ ਦੇ ਵਿੱਚ ਜਿਹੜਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ, ਬਲੂਟੁੱਥ ਸਿਸਟਮ ਲੱਗਿਆ, ਅਤੇ ਜੋ ਸੀ ਵੀ ਪੁਆਇੰਟ ਹੈ ਨਾਲ ਨਾਲ ਔਕਸ ਪੁਆਇੰਟ ਹੈ, ਅਤੇ ਚਾਰਜਿੰਗ ਪੁਆਇੰਟ ਵੀ ਜਿਹੜਾ ਕਾਰ ਦੇ ਵਿੱਚ ਲੱਗਿਆ ਹੋਇਆ 12 ਬੁਲਟਸ ਵਾਲਾ, ਅਤੇ ਗੇਅਰ ਲੀਵਰ ਸ਼ਿਫਟਿੰਗ ਹੈ ਜਿਹੜੀ ਕਾਰ ਦੀ ਬਿਲਕੁਲ ਨੋਰਮਲੀ ਹੈ, ਕੋਈ ਇਹਦੇ ਵਿੱਚ ਪਲੇ ਹੈ ਨਹੀਂ, ਬਹੁਤ ਜਿਹੜੀ ਸਮੂਥਲੀ ਗੱਡੀ ਹੈ, ਚੱਲਦੀ ਆ, ਅਤੇ ਕਾਰ ਚੱਲੀ ਬਹੁਤ ਘੱਟ ਹੋਈ ਆ। ਸੋ ਜਿਹੜੇ ਭਰਾ ਨੇ ਗੱਡੀ ਲੈਣੀ ਆ, ਜਲਦੀ ਜਲਦੀ ਆ ਜਾਓ ਜੀ ਐਸ ਮੋਟਰ। ਬਾਕੀ ਕਾਰ ਦੀਆਂ ਚਾਰੇ ਜਿਹੜੀਆਂ ਵਿੰਡੋ ਪਾਵਰ ਨੇ, ਇਸ ਸਾਈਡ 'ਤੇ ਵੀ ਚੈੱਕ ਕਰ ਸਕਦੇ ਹੋ, ਅਤੇ ਜਿਹੜੇ ਬਾਹਰਲੇ ਮਿਰਰ ਨੇ ਇਹ ਵੀ ਆਟੋਮੈਟਿਕ ਨੇ, ਆਪਾਂ ਅੰਦਰੋਂ ਇਹਨਾਂ ਨੂੰ ਕਲੋਜ਼ ਕਰ ਸਕਦੇ ਹਾਂ ਅਤੇ ਔਨ ਵੀ ਕਰ ਸਕਦੇ ਹਾਂ ਕਿ ਓਪਨ ਹੋ ਜਾਂਦੇ ਨੇ ਜਿਹੜੇ। ਬਾਕੀ ਤੁਸੀਂ ਕਾਰ ਦਾ ਐਕਸਟੀਰੀਅਰ ਸਾਰਾ ਚੈੱਕ ਹੀ ਕਰ ਲਿਆ, ਐਕਸਟੀਰੀਅਰ ਦੀ ਕੁਆਲਿਟੀ ਵਗੈਰਾ ਸਾਰੀ ਬਹੁਤ ਵਧੀਆ ਪਈ ਹੈ, ਕਿਤੇ ਕੋਈ ਫਾਲਤੂ ਸਕ੍ਰੈਚ ਨਹੀਂ ਹੈਗਾ, ਹੌਰਨ ਵਗੈਰਾ ਗੱਡੀ 'ਤੇ ਪ੍ਰੋਪਰ ਵਰਕਿੰਗ ਹੈ। ਇਹਦੇ ਉੱਪਰ ਦੋ ਬਟਨ ਦਿੱਤੇ ਹੋਏ ਨੇ ਰੀਸੈਟ ਐਂਡ ਟ੍ਰਿਪ ਦਾ, ਜਦੋਂ ਰੀਸੈਟ ਕਰ ਸਕਦੇ ਹੋ, ਟ੍ਰਿਪ ਵੀ ਆਪਣਾ ਔਨ ਕਰ ਸਕਦੇ ਹੋ। ਬਾਕੀ ਤੁਸੀਂ ਕਾਰ ਦੇ ਜਿਹੜੇ ਰੀਅਰ ਸੀਟ ਵਗੈਰਾ ਵੀ ਚੈੱਕ ਕਰ ਸਕਦੇ ਹੋ, ਕਾਰ ਦੇ ਵਿੱਚ ਲੈਦਰ ਦੇ ਸੀਟ ਕਵਰ ਪਾਏ ਹੋਏ ਨੇ, ਅਤੇ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਵਧੀਆ ਪਈ ਹੈ, ਕਿਸੇ ਸਾਈਡ ਤੋਂ ਕਟਿੰਗ ਨਹੀਂ ਹੈਗੀ। ਬਾਕੀ ਰੀਅਰ ਸੀਟ 'ਤੇ ਵੀ ਆਪਾਂ ਬਹਿ ਕੇ ਚੈੱਕ ਕਰਵਾ ਦਿੰਦੇ ਹਾਂ, ਬਹੁਤ ਹੀ ਕੰਫਰਟ ਹੈ, ਅਤੇ ਆਪਣੀਆਂ ਲੈਗਜ਼ ਵਗੈਰਾ ਬਿਲਕੁਲ ਜਿਹੜੀਆਂ ਆਰਾਮ ਨਾਲ ਰਹਿੰਦੀਆਂ ਨੇ। ਬਾਕੀ ਨਾਲ ਦੀ ਨਾਲ ਇੱਕ ਇਹਦੇ ਵਿੱਚ ਰੀਅਰ ਸਾਈਡ 'ਤੇ ਜਿਹੜਾ ਏਸੀ ਪੁਆਇੰਟ ਦਿੱਤਾ ਹੋਇਆ, ਇਹ ਵੀ ਕਿ ਜਿਹੜਾ ਕਿ ਪਿੱਛੇ ਪਰਸਨ ਬਹਿੰਦਾ ਉਹਦੇ ਲਈ ਵੀ ਬਹੁਤ ਵਧੀਆ ਚੀਜ਼ ਹੈ, ਮਤਲਬ ਪਸੀਨਾ ਵਗੈਰਾ ਨਹੀਂ ਆਉਂਦਾ ਅਤੇ ਕੂਲਿੰਗ ਵਗੈਰਾ ਵਧੀਆ ਆਉਂਦੀ ਹੈ ਰੀਅਰ ਸੀਟ 'ਤੇ ਵੀ। ਬਾਕੀ ਆਪਾਂ ਰੀਅਰ ਡੋਰ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਰੀਅਰ ਸਾਈਡ ਦੇ ਵਿੱਚ ਡੋਰ ਦੇ ਵਿੱਚ ਆਪਾਂ ਨੂੰ ਇੱਕ ਪੁਆਇੰਟ ਦਿੱਤਾ ਹੋਇਆ, ਬਹੁਤ ਵਧੀਆ ਸਪੇਸ ਦਿੱਤੀ ਹੋਈ ਆ, ਇੱਥੇ ਆਪਾਂ ਇੱਕ 1 ਲੀਟਰ ਬੋਟਲ ਦੀ ਜਿਹੜੀ ਰੱਖ ਸਕਦੇ ਹਾਂ, ਅਤੇ ਬਹੁਤ ਵਧੀਆ ਜਿਹੜਾ ਪੁਆਇੰਟ ਦਿੱਤਾ ਹੋਇਆ, ਬਹੁਤ ਵਧੀਆ ਚੀਜ਼ ਲੱਗੀ ਆਪਾਂ ਨੂੰ ਇਹ। ਹਾਂਜੀ, ਅਤੇ ਗੱਡੀ ਦੇ ਇੰਟੀਰੀਅਰ ਤੋਂ ਬਾਅਦ ਹੁਣ ਆਪਾਂ ਗੱਲ ਕਰਨ ਲੱਗੇ ਗੱਡੀ ਦੇ ਇੰਜਨ ਰੂਮ ਦੀ। ਇੰਜਨ ਰੂਮ ਦੀ ਕੰਡੀਸ਼ਨ ਬਾਈ ਚੈੱਕ ਕਰਵਾਵਾਂਗੇ, ਬਹੁਤ ਹੀ ਜ਼ਿਆਦਾ ਜਿਹੜਾ ਸਾਫ਼ ਆ, ਅਤੇ ਇੰਜਨ ਗੇਅਰ ਦੀ ਆਪਣੀ ਪੂਰੀ ਫੁੱਲ ਗਰੰਟੀ ਹੋਣੀ ਆ, ਏ ਸੀ ਦੀ ਵੀ ਪੂਰੀ ਫੁੱਲ ਗਰੰਟੀ ਦੇਵਾਂਗੇ, ਅਤੇ ਨਾਲ ਨਾਲ ਇੱਕ ਵਾਰੀ ਕਾਰ ਆਪਾਂ ਸਟਾਰਟ ਕਰਕੇ ਵੀ ਚੈੱਕ ਕਰਵਾ ਦਿੰਦੇ ਹਾਂ ਕਿ ਕਿਸੇ ਸਾਈਡ ਤੋਂ ਜਿਹੜੀ ਬਲੋ ਨਹੀਂ ਮਾਰ ਰਹੀ ਕਾਰ। ਸਾਰਾ ਕੁਝ ਤੁਹਾਨੂੰ ਅਸੀਂ ਲਾਈਵ ਕਰਕੇ ਦਿਖਾ ਰਹੇ ਹਾਂ, ਹਰ ਚੀਜ਼ A to Z, ਤੁਸੀਂ ਹਰ ਚੀਜ਼ ਸਾਡੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਜਾਊਗੀ। ਜਿਹੜੀ ਕਾਰ ਹੈ ਜੀ, ਇਹ ਪੁਸ਼ ਬਟਨ ਵਾਲੀ ਕਾਰ ਆ, ਬਿਲਕੁਲ ਨੋਰਮਲੀ ਸਟਾਰਟਿੰਗ ਹੈ ਕਾਰ ਦੀ। ਬਾਕੀ ਸਰਵਿਸ ਵਗੈਰਾ ਜਿਹੜੀ ਕਾਰ ਦੀ ਡਨ ਹੋਈ ਹੋਈ ਆ, ਤੁਹਾਨੂੰ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ, ਬਲੋ ਵਗੈਰਾ ਬਿਲਕੁਲ ਓਕੇ ਆ। ਬਾਕੀ ਜਿਵੇਂ ਜਿਵੇਂ ਆਪਣੇ ਕੋਲ ਕਸਟਮਰ ਡਿਮਾਂਡ ਕਰਦੇ ਨੇ ਜਾਂ ਆਪਾਂ ਨੂੰ ਦੱਸਦੇ ਨੇ ਸਾਡੀ ਕਾਰ ਤੁਸੀਂ ਇੱਥੇ ਅੱਗੇ ਵੀਡੀਓ ਬਣਾਓ, ਤਾਂ ਆਪਾਂ ਸਪੈਸ਼ਲੀ ਜਿਹੜੀ ਆਈਟਮ ਦੀ ਵੀਡੀਓ ਬਣਾਉਣ ਆਏ ਹਾਂ, ਜਿਵੇਂ ਵੀ ਕਾਰ ਖੜੀ ਸੀ ਉਸ ਟਾਈਪ, ਜੇ ਤੁਹਾਡੇ ਕੋਲ ਕੋਈ ਕਾਰ ਹੈ, ਤੁਸੀਂ ਕਾਰ ਸੇਲ ਕਰਨਾ ਚਾਹੁੰਦੇ ਹੋ, ਤੁਸੀਂ ਵੀਡੀਓ ਬਣਵਾਉਣਾ ਚਾਹੁੰਦੇ ਹੋ, ਸਕਰੀਨ 'ਤੇ ਆਪਣਾ ਨੰਬਰ ਚੱਲ ਰਿਹਾ, ਤੁਸੀਂ ਕਾਲ ਕਰ ਸਕਦੇ ਹੋ। ਬਾਕੀ ਕਾਰ ਦੇ ਇੰਜਨ ਰੂਮ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ, ਬਹੁਤ ਹੀ ਜ਼ਿਆਦਾ ਸਾਫ਼ ਪਿਆ। ਹਾਂਜੀ, ਅਤੇ ਇਸ ਗੱਡੀ ਦਾ ਇੰਜਨ ਰੂਮ, ਬਾਕੀ ਤੁਸੀਂ ਚੈੱਕ ਕਰ ਸਕਦੇ ਹੋ, ਸੀਲਾਂ ਵਗੈਰਾ ਗੱਡੀ 'ਤੇ ਪ੍ਰੋਪਰ ਲੱਗੀਆਂ ਹੋਈਆਂ, ਕੱਪੜਾ ਵਗੈਰਾ 'ਤੇ ਲੱਗਿਆ ਹੋਇਆ, ਯਾਨੀ ਕਿ ਇਹ ਗੱਡੀ ਬਿਲਕੁਲ ਜੈਨੂਅਨ ਪਈ ਆ। ਕਾਰ ਪੇਂਟ ਦੇਖੋ ਥੋੜ੍ਹੀ ਬਹੁਤ ਹੋ ਸਕਦੀ ਆ, ਆਪਾਂ ਵੀਡੀਓ ਲਾਸਟ ਦੱਸਾਂਗੇ ਵੀ ਕਿਹੜਾ ਇਹ ਓਨਰ ਆ ਕਾਰ, ਇੰਸ਼ੋਰੈਂਸ ਵਗੈਰਾ NOC ਕਾਰ ਦੀ ਆਪਾਂ ਨੂੰ ਮਿਲ ਜੂਗੀ। ਤੁਸੀਂ ਕਾਰ ਖਰੀਦਣਾ ਚਾਹੁੰਦੇ ਹੋ, ਬਹੁਤ ਚੰਗੇ ਕੰਡੀਸ਼ਨ ਦੀ ਕਾਰ ਆਪਾਂ ਲੈ ਕੇ ਆ ਚੁੱਕੇ ਹਾਂ। ਬਾਕੀ ਇੱਕ ਵਾਰੀ ਫਿਰ ਤੋਂ ਆਪਾਂ ਫਰੰਟ ਲੁੱਕ ਦੀ ਗੱਲ ਕਰਦੇ ਹਾਂ ਜੀ, ਇੱਕ ਵਾਰੀ ਤੁਹਾਨੂੰ ਜਿਹੜੀਆਂ ਹੈੱਡਲਾਈਟਸ ਨੇ ਉਹ ਵੀ ਔਨ ਕਰਕੇ ਚੈੱਕ ਕਰਵਾ ਦਿੰਦੇ ਹਾਂ, ਬਿਲਕੁਲ ਓਕੇ ਨੇ। ਦੇਖ ਰਹੇ ਹੋ ਜਿਵੇਂ ਕਿ ਪ੍ਰੋਪਰ ਹੈੱਡਲਾਈਟ ਚੱਲ ਰਹੀਆਂ ਨੇ ਇਸ ਟਾਈਮ ਦੇ, ਹੈੱਡਲਾਈਟਸ ਵਗੈਰਾ ਅਤੇ ਫੋਗ ਲੈਂਪ ਵਗੈਰਾ ਕਾਰ ਦੇ ਬਿਲਕੁਲ ਓਕੇ ਨੇ। ਹਾਂਜੀ, ਅਤੇ ਆਪਾਂ ਗੱਲ ਕਰਦੇ ਹਾਂ ਗੱਡੀ ਦੇ ਬੂਟ ਸਪੇਸ ਦੀ। ਗੱਡੀ ਦਾ ਜੋ ਬੂਟ ਸਪੇਸ ਰਹਿਣ ਵਾਲਾ 256 ਲੀਟਰ ਦਾ, ਯਾਨੀ ਕਿ 256 ਲੀਟਰ ਦਾ ਗੱਡੀ ਦਾ ਬੂਟ ਸਪੇਸ ਆ। ਯਾਰ ਇੱਕ ਬਹੁਤ ਇਹ ਹੋਰ ਵੀ ਕਮਾਲ ਦਾ ਫਿਊਚਰ ਆ, ਤੁਸੀਂ ਇੱਥੇ ਥੋੜ੍ਹਾ ਇਹਨੂੰ ਪ੍ਰੈਸ ਕਰਨਾ, ਇਹਦੇ ਵਿੱਚ ਸਵਿੱਚ ਲੱਗੀ ਹੈ, ਜਿਹੜੀ ਕਾਰ ਦੀ ਡਿੱਗੀ ਆ ਬਿਲਕੁਲ ਆਰਾਮ ਦੇ ਨਾਲ ਓਪਨ ਹੋ ਜਾਣੀ ਆ। ਸ਼ੌਕਰ ਵਗੈਰਾ ਕਾਰ ਦੇ ਬਿਲਕੁਲ ਓਕੇ ਪਏ ਨੇ। ਬਾਕੀ ਇਸ ਚੀਜ਼ ਤੋਂ ਤੁਸੀਂ ਥੋੜ੍ਹਾ ਜਿਹਾ ਅੰਦਾਜ਼ਾ ਲਾ ਸਕਦੇ ਹੋ ਵੀ ਕਾਰ ਬਹੁਤ ਹੀ ਜ਼ਿਆਦਾ ਸਾਫ਼ ਪਈ ਆ, ਬਹੁਤ ਹੀ ਕੰਫਰਟੇਬਲ ਕਾਰ ਆ, ਅਤੇ ਬਹੁਤ ਹੀ ਵਧੀਆ ਸਪੇਸ ਆ, ਮਤਲਬ ਕਿ ਫੈਮਿਲੀ ਕਾਰ ਵਨ ਆਫ ਦਾ ਬੈਸਟ ਹੈ। ਆਹ ਦੇਖੋ ਬਹੁਤ ਹੀ ਵਧੀਆ ਬੂਟ ਸਪੇਸ ਆ ਯਾਰ, ਅਗਰ ਤੁਸੀਂ ਘੁੰਮਣ ਜਾਣਾ ਹੋਵੇ, ਆਪਣਾ ਸਮਾਨ ਵਗੈਰਾ ਤੁਸੀਂ ਕੈਰੀ ਕਰਨਾ ਕਿਤੋਂ ਲੈ ਕੇ ਆਉਣਾ, ਤੁਸੀਂ ਆਰਾਮ ਨਾਲ ਆਪਣੇ ਬੈਗਸ ਵਗੈਰਾ ਰੱਖ ਸਕਦੇ ਹੋ।
ਬਾਕੀ ਜਿਹੜੇ ਟੂਲਸ ਵਗੈਰਾ ਬਿਲਕੁਲ ਪ੍ਰੋਪਰਲੀ ਕਾਰ ਦੇ ਵਿੱਚ ਪਏ ਨੇ। ਇੱਕ ਹੋਰ ਚੀਜ਼ ਕਮਾਲ ਦੀ ਹੈ ਵੀ ਤੁਸੀਂ ਇੱਕ ਸੈਂਸਰ ਚੈੱਕ ਕਰ ਸਕਦੇ ਹੋ। ਇਹ ਸੈਂਸਰ ਜਦੋਂ ਵੀ ਆਪਾਂ ਕਾਰ ਬੈਕ ਕਰਦੇ ਹਾਂ ਥੋੜ੍ਹੀ ਸਪੇਸ ਤੋਂ ਆਪਾਂ ਨੂੰ ਦੱਸ ਦਿੰਦਾ ਵੀ ਵਿੱਚ ਜਿਹੜੀ ਨੋਟੀਫਿਕੇਸ਼ਨ ਆਉਂਦੀ ਹੈ ਵੀ ਤੁਸੀਂ ਕਾਰ ਇੱਥੇ ਡਰੋਪ ਕਰ ਸਕਦੇ ਹੋ, ਉਸ ਤੋਂ ਪਿੱਛੇ ਆਪਾਂ ਨਹੀਂ ਲਿਜਾ ਸਕਦੇ। ਬਾਕੀ ਨਾਲ ਦਿਨ ਆਪਾਂ ਗੱਲਬਾਤ ਕਰਾਂਗੇ ਹੁਣ ਇਹਦੇ ਟਾਇਰਸ ਵਗੈਰਾ ਦੀ। ਬਾਕੀ ਕਾਰ ਦੇ ਟਾਇਰਾਂ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਵਧੀਆ ਪਈ ਆ। ਫਰੰਟ ਵਾਲੇ ਟਾਇਰ ਹੈਗੇ ਜੀ MRF ਦੇ 165/80-14। ਬਾਕੀ ਜੋ ਗੱਡੀ ਦੇ ਬੈਕ ਵਾਲੇ ਟਾਇਰ ਨੇ, JK ਦੇ ਟਾਇਰ ਨੇ। ਜੇ ਆਪਾਂ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ, ਗੱਡੀ ਦੇ ਟਾਇਰ ਦੀ ਕੰਡੀਸ਼ਨ ਬਹੁਤ ਵਧੀਆ ਪਏ ਨੇ। ਫਰੰਟ ਵਾਲੇ ਵੀ ਵਧੀਆ ਨੇ, ਬੈਕ ਵਾਲੇ ਟਾਇਰ ਵੀ ਵਧੀਆ, ਮਤਲਬ ਤੁਹਾਨੂੰ ਕੋਈ ਦਿੱਕਤ ਨਹੀਂ ਆਣੀ। ਬਹੁਤ ਆਰਾਮ ਨਾਲ ਵੀਰੇ ਇਹ ਟਾਇਰ ਚੱਲ ਸਕਦੇ ਨੇ 40,000 ਕਿਲੋਮੀਟਰ। ਜੀ ਹਾਂ, 40,000+ ਕਿਲੋਮੀਟਰ ਇਹ ਗੱਡੀ ਦੇ ਟਾਇਰ ਚੱਲ ਸਕਦੇ ਨੇ। ਜਿਵੇਂ ਕਿ ਜਿਹੜਾ ਬੰਦਾ ਰੈਗੂਲਰ ਯੂਜ਼ ਕਰਦਾ ਹੈ, ਜਿਵੇਂ ਕਿ ਟੀਚਰ ਹੋ ਗਿਆ ਜਾਂ ਆਲੇ ਦੁਆਲੇ ਸਿਟੀ ਵਿੱਚ ਜਿਹੜੇ ਬੰਦੇ ਨੇ ਜਾਣਾ, ਉਹ ਬੰਦੇ ਨੂੰ ਕੋਈ ਦਿੱਕਤ ਨਹੀਂ, ਅਤੇ ਗੱਡੀ ਦੀ ਲੌਂਗ ਰੂਟ 'ਤੇ ਵੀ ਲੈ ਕੇ ਜਾ ਸਕਦੇ ਹੋ, ਤੁਹਾਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆਉਣੀ। ਅਤੇ ਬਾਕੀ ਆਪਾਂ ਗੱਲਬਾਤ ਕਰੀਏ ਕਾਰ ਦੇ ਪੇਂਟ ਦੀ। ਦੇਖੋ ਕਾਰ ਜਦੋਂ ਆਪਾਂ ਕਿਤੇ ਵੀ ਪਰਚੇਸ ਕਰਦੇ ਹਾਂ ਤਾਂ ਥੋੜ੍ਹੀ ਬਹੁਤ ਜਿਹੜੀ ਪੁਰਾਣੀ ਕਾਰ ਆ ਤਾਂ ਆਪਾਂ ਨੂੰ ਰੀਪੇਂਟ ਵੀ ਮਿਲ ਸਕਦੀ ਆ। ਬਾਕੀ ਤੁਸੀਂ ਕਾਰ ਚੈੱਕ ਕਰ ਸਕਦੇ ਹੋ, ਜਿੱਦਾਂ ਕਿ ਬੰਪਰ ਪੇਂਟ ਹੋ ਗਏ ਜਾਂ ਥੋੜ੍ਹੀ ਬਹੁਤ ਟੱਚਿੰਗ ਹੋ ਗਈ, ਜਿੱਦਾਂ ਤੁਸੀਂ ਰੂਫ 'ਤੇ ਚੈੱਕ ਕਰ ਸਕਦੇ ਹੋ। ਆਪਣੀ ਵੀਡੀਓ ਵਿੱਚ ਆਪਾਂ ਇੱਕ ਇੱਕ ਚੀਜ਼ ਪ੍ਰੋਪਰ ਚੈੱਕ ਕਰਵਾਉਣੇ ਆ। ਇਹ ਵਾਲੀ ਸਾਈਡ ਤੁਸੀਂ ਥੋੜ੍ਹੀ ਚੈੱਕ ਕਰ ਸਕਦੇ, ਟੇਪ ਲੱਗੀ ਹੋਈ, ਥੋੜ੍ਹੀ ਰਸਟਿੰਗ ਹੋ ਵੀ ਸਕਦੀ ਆ। ਸੋ ਜਿਹੜਾ ਵੀ ਭਰਾ ਆਪਣੀ ਵੀਡੀਓ ਦੇਖ ਕੇ ਆਵੇ, ਆਪਾਂ ਇਕੱਲੀ ਇਕੱਲੀ ਚੀਜ਼ ਦੀ ਜਿਹੜੀ ਵੀਡੀਓ ਚੈੱਕ ਕਰਵਾਉਣੇ ਆ ਤਾਂ ਕਿ ਉਹਨੂੰ ਚੀਜ਼ ਨਾ ਲੱਗੇ ਵੀ ਤੁਸੀਂ ਸਾਨੂੰ ਇਹ ਚੀਜ਼ ਚੈੱਕ ਨਹੀਂ ਕਰਵਾਈ। ਹਾਂਜੀ, ਇੱਕ ਬਹੁਤ ਇੰਪੋਰਟੈਂਟ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਲੱਗੇ ਹਾਂ ਅਸੀਂ। ਕਈ ਵੀਰ ਹੁੰਦੇ ਨੇ ਬਹੁਤ ਦੂਰ ਦੇ ਜਿਹੜੇ ਤਲਵੰਡੀ ਸਾਬੋ ਸਾਡੇ ਸ਼ਹਿਰ ਆ ਨਹੀਂ ਸਕਦੇ ਨਾ, ਤਾਂ ਵੀਰੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਤੁਸੀਂ ਇੱਕ ਵਾਰੀ ਸਾਡੇ ਨਾਲ ਪਹਿਲਾਂ ਆਨਲਾਈਨ ਕਾਲ 'ਤੇ ਗੱਲ ਕਰ ਲਓ, ਸਾਨੂੰ ਕਾਲ ਕਰ ਸਕਦੇ ਹੋ, ਵਟਸਐਪ 'ਤੇ ਸਾਨੂੰ ਕਾਲ ਕਰ ਸਕਦੇ ਹੋ, ਸਾਡਾ ਫੋਨ ਵੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਜੋ ਤੁਸੀਂ ਬੁਕਿੰਗ ਵਗੈਰਾ ਆਨਲਾਈਨ ਨਹੀਂ ਕਰਵਾ ਸਕਦੇ ਹੋ, ਇਹਦੀ ਪੇਮੈਂਟ ਵਗੈਰਾ ਆਨਲਾਈਨ ਬੁਕਿੰਗ ਦੀ ਬਹੁਤ ਜ਼ਿਆਦਾ ਨਹੀਂ ਰਹਿੰਦੀ, ਬਹੁਤ ਘੱਟ ਮਿਨੀਮਮ ਅਮਾਊਂਟ 'ਤੇ ਅਸੀਂ ਬੁਕਿੰਗ ਕਰ ਲੈਂਦੇ ਹਾਂ ਗੱਡੀ ਦੀ, ਅਤੇ ਗੱਡੀ ਤੁਹਾਡੇ ਅਸੀਂ ਹੋਲਡ ਕਰ ਲੈਂਦੇ ਹਾਂ, ਅਤੇ ਤੁਸੀਂ ਗੱਡੀ ਸਾਡੇ ਕੋਲ ਆ ਸਕਦੇ ਹੋ, ਆ ਕੇ ਗੱਡੀ ਚੈੱਕ ਕਰ ਸਕਦੇ ਹੋ। ਹਾਂਜੀ, ਅਤੇ ਆਪਾਂ ਹੁਣ ਗੱਲ ਕਰਦੇ ਹਾਂ ਗੱਡੀ ਦੀ ਡਿਟੇਲ ਦੀ ਅਤੇ ਗੱਡੀ ਦੇ ਰੇਟ ਦੀ, ਜਿਹਦੀ ਤੁਸੀਂ ਬਹੁਤ ਟਾਈਮ ਦੀ ਬੇਸਬਰੀ ਨਾਲ ਵੇਟ ਕਰ ਰਹੇ ਸੀਗੇ। ਅਤੇ ਨਾਲ ਦੀ ਨਾ ਆਪਾਂ ਡਿਟੇਲ ਦੀ ਗੱਲ ਕਰ ਲਈ ਜੀ, ਕਾਰ ਹੈਗੀ ਆ 2014 ਮਾਡਲ, ਤੀਜੇ ਨਾਮ ਕਾਰ ਹੈ, ਯਾਨੀ ਕਿ ਥਰਡ ਓਨਰ ਕਾਰ ਹੈ ਇਹ। ਕਾਰ ਦੇ ਵਿੱਚ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ, HR 51 ਨੰਬਰ ਆ, ਯਾਨੀ ਕਿ ਫਰੀਦਾਬਾਦ ਦਾ। ਬਹੁਤ ਚੰਗੀ ਕੰਡੀਸ਼ਨ ਦੀ ਕਾਰ ਜਿਹੜੀ ਆਪਣੇ ਕੋਲ ਪਹੁੰਚ ਚੁੱਕੀ ਆ, ਅਤੇ ਕਾਰ ਦਾ ਪ੍ਰਾਈਜ਼ ਵੀ ਬਹੁਤ ਘੱਟ ਰਹਿਣ ਵਾਲਾ। ਸੋ ਜਿਹੜੇ ਭਰਾਣੇ ਵਾਲੀ ਗੱਡੀ ਲੈਣੀ ਆ ਤਾਂ ਆਪਾਂ ਜਿਹੜੀ NOC ਉਹਦੇ ਨਾਂ 'ਤੇ ਅਪਲਾਈ ਕਰਕੇ ਕਢਵਾ ਦਿਆਂਗੇ, ਕਾਰ ਦੇ ਟ੍ਰਾਂਸਫਰ ਦੀ ਜਿਹੜੀ ਜ਼ਿੰਮੇਵਾਰੀ ਫੁੱਲ ਹੋਊਗੀ। ਬਾਕੀ ਨਾਲ ਨਾਲ ਆਪਾਂ ਵੀਰੇ ਇਹਦੀ ਰੇਟ ਦੀ ਗੱਲਬਾਤ ਕਰ ਲਈਏ ਤਾਂ ਕਾਰ ਦਾ ਰੇਟ ਹੈਗਾ ਜੀ ਕੁੱਲ ਹੀ 2,60,000 ਰੁਪਈਆ। 2,60,000 ਰੁਪਏ ਦੇ ਵਿੱਚ ਤੁਸੀਂ ਇਹ ਵਾਲੀ ਗੱਡੀ ਲਿਜਾ ਸਕਦੇ ਹੋ, i10 ਸਪੋਰਟਸ। ਜੋ ਸਾਡੀ ਲੋਕੇਸ਼ਨ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ ਹਾਂ, ਬਠਿੰਡਾ ਰੋਡ 'ਤੇ ਤਲਵੰਡੀ ਸਾਬੋ ਸਾਡਾ ਸ਼ਹਿਰ ਹੈ, ਨੀਅਰ ਸਰਦਾਰ ਦਾ ਪੰਪ, ਦਸ਼ਮੇਸ਼ ਸਕੂਲ, ਬਠਿੰਡਾ ਰੋਡ ਜੀ। ਅਤੇ ਬਾਕੀ ਤੁਸੀਂ ਇਹ ਕਾਰ ਬੁੱਕ ਕਰ ਸਕਦੇ ਹੋ, ਸਕਰੀਨ 'ਤੇ ਆਪਣਾ ਨੰਬਰ ਚੱਲ ਰਿਹਾ। ਅਤੇ ਉਮੀਦ ਕਰਦੇ ਸਾਰੇ ਭਰਾ ਨੂੰ ਵੀਡੀਓ ਵਧੀਆ ਲੱਗੀ ਹੋ, ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਜ਼ਰੂਰ ਕਰਿਓ। ਬਾਕੀ ਆਪਣਾ ਨੰਬਰ ਤੁਹਾਨੂੰ ਅਸੀਂ ਰਿਪੀਟ ਵੀ ਕਰ ਦਿੰਦੇ ਹਾਂ, 98,767,74,732। ਤੁਸੀਂ ਸਾਨੂੰ ਕਦੋਂ ਮਰਜ਼ੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਵਟਸਐਪ 'ਤੇ ਅਵੇਲੇਬਲ ਹਾਂ, ਅਸੀਂ ਅਵੇਲੇਬਲ ਹਾਂ ਇੰਸਟਾਗ੍ਰਾਮ 'ਤੇ, ਯੂਟਿਊਬ 'ਤੇ ਵੀ ਅਸੀਂ ਅਵੇਲੇਬਲ ਹਾਂ, ਤੁਸੀਂ ਸਾਨੂੰ ਕਦੋਂ ਮਰਜ਼ੀ ਕਾਲ ਕਰ ਸਕਦੇ ਹੋ, ਸਾਡਾ ਇਹੀ ਚੈਨਲ ਹੈ GS ਮੋਟਰ ਤਲਵੰਡੀ ਸਾਬੋ। ਬਾਕੀ ਇਹੋ ਜਿਹੀਆਂ ਹੋਰ ਗੱਡੀਆਂ ਵੀਡੀਓ ਦੇਖਣ ਲਈ ਤੁਸੀਂ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ, ਅਤੇ ਸਾਡੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।